I'm
Oh, ha, Deva Priti.
Oh, my
Thank you.
I'm gonna go get some more.
Guru Gobind Singh,
Thank you.
Oh,
जिस प्यारे सोने जिस प्यारे Thank you.
Thank you.
Hare Krishna, Hare Krishna, Krishna Krishna, Hare Hare.
Thank you.
Thank you.
Get my father's name.
हमरा पंथ न्यारा है
दीन मजब का जुद जो किन्ना खंडा फड़िया दुतारा है, खंडा फड़िया दुतारा दुतारा है। गुरु जी ने फतेह सिंह जी को बुलाया ते नाल वचन कीते, चले गो तोर जैसा पाला। जिहड़ी लाडली फौज आ न्यांग से, चले गो तोर जैसा पंथ मुख से हलाया। फिर उठों आवाज आई, हम अकाली सबके वाली, हमरा पंथ न्यारा है। दीन मजब का जुद जो किन्ना खंडा फड़िया दुतारा है। छई मई मार सब दूर की निसरुतर फड़िया करारा है। गगन मंडल में भूंगा हमारा, गगन मंडल में भूंगा हमारा। महाकाल महाकाल रखवारा है, सिर पर मुकुट, मुकुट पर चक्र, चक्र आया अजब नजारा है, आया अजब बुलारा है। नानक गुरु गोविंद सिंह जी तुद आगे शीश हमारा है। लटपट फर रहे सज रहे गुर शब्द की पई चमकार, प्रगटे गुरु गोविंद सिंह साहिब जी जिन सब को लिया उधार, जिन सब को लिया, जिन सब को लिया। ओ पिता पुत्र राज की निशान, Thank you.
जो जगह घट में
ਚਾਹੇ ਨਾ ਖਾਲਸ ਜਾਣੈ। ਉਪਜਿਓ ਪ੍ਰਗਟਿਓ ਕਿਤੇ ਕਹਿ ਵੈ ਪ੍ਰਗਟਿਓ ਮਰਦਾ ਗੰਬੜਾ। ਅਸੀਂ 550 ਸਾਲ ਮਨਾਇਆ, ਉੱਥੇ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਪ੍ਰਗਟਿਆ ਪ੍ਰਗਟਿਆ ਪ੍ਰਗਟਿਆ। ਪੰਚੇ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਦ ਵਜਿਆ ਆਨੰਦ ਮੂਲ ਰਾਮ ਸਭ ਦੇਖਿਆ। ਗੁਰ ਸ਼ਬਦੀ ਗੋਬਿੰਦ ਵਜਿਆ ਗੁਰ ਸ਼ਬਦੀ ਗੋਬਿੰਦ ਵਜਿਆ ਸ਼ਬਦੀ ਸ਼ਬਦ ਤੋਂ ਇਹ ਗੁਰਸਿੱਖੀ ਦਾ ਕੰਸੈਪਟ ਜਿਹੜਾ ਸ਼ਬਦ ਸ਼ਬਦ ਨਾਲ ਜੋੜਿਆ ਸ਼ਬਦ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਸ਼ਬਦ ਵਿਚਾਰ ਕਪਾਟ ਖੋਲਣ ਵਾਲੀ ਇੱਕ ਓਅੰਕਾਰ ਵਿੱਚ ਲਿਜਾਣ ਵਾਲੀ ਵੱਡੀ ਤਾਕਤ ਸਿਰ ਉੱਪਰ ਰਖਵਾਰਾ ਜਿਹੜਾ ਪਗਾ ਰਹੇ ਸੀ ਪਿਤਾ ਪੁੱਤ ਰਲ ਕਿੰਨੀ ਸਾਂਝ ਕੀ ਹੈ ਸਾਰਾ ਕੁਛ ਇਹ ਸਾਰੀ ਕਰਾਮਾਤ ਜਿਹੜੀ ਹੈ ਗੁਰੂ ਦਾ ਬਖਸ਼ਿਆ ਹੋਇਆ ਮੰਤਰ ਮਰਿਆਦਾ ਗੁਰੂ ਸਾਹਿਬ ਦੀ ਨਿਤਨੇਮ ਸੇਵਾ ਸੰਗਤ ਦੇ ਜੋੜੇ ਝਾੜਨੇ ਨਿਤਨੇਮ ਕਰਨੇ ਅੰਮ੍ਰਿਤ ਵੇਲੇ ਕਰਨੇ ਅੰਮ੍ਰਿਤ ਵੇਲੇ ਉੱਠ ਕਰਕੇ ਚੌਂਕੜੇ ਮਾਰਨੇ ਪਿਤਾ ਪੁੱਤ ਰਲ ਕਿੰਨੀ ਸਾਂਝ 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 ਪਿਤਾ ਹਮਾਰੇ ਪ੍ਰਗਟੇ ਮਾਜ ਅੰਦਰ ਹੀ ਮੈਨੂੰ ਮਿਲੇ ਮੈਨੂੰ ਵਾਹਿਗੁਰੂ ਜੀ ਮੈਨੂੰ ਪਿਤਾ ਜੀ ਅੰਦਰੋਂ ਮਿਲੇ ਮੇਰੇ ਮੇਰੇ ਅੰਦਰੋਂ ਮਿਲੇ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹੁਣ ਮੈਨੂੰ ਪੈਰ ਪੈਰ ਤੇ ਮੇਰੀ ਅਗਵਾਈ ਕਰਦੇ ਜੋ ਉਹ ਆਪ ਕਰਦੇ ਮੈਂ ਤਾਂ ਬਸ ਉਹਦੇ ਰੰਗਾਂ ਨੂੰ ਦੇਖਦਾ ਵਾਂ ਉਹ ਮੈਨੂੰ ਦਿਖਾਉਂਦੇ ਆ ਆਪ ਆਪ ਦਿਖਾਉਂਦੇ ਆ ਉਹ ਸਭ ਕੁਛ ਆਪ ਹੀ ਕਰਦੇ ਆ ਆਪ ਉਹ ਤਾਂ ਨਾ ਜਾ ਕਰ ਦਿੰਦੇ ਗਾਂ ਕਰਦੇ ਆਪ ਜਦੋਂ ਪੰਜ ਪਿਆਰੇ ਵਿਸਾਖੀ 1699 ਜਦੋਂ ਵਿਸਾਖੀ ਤੇ ਉੱਥੇ ਪੰਜ ਪਿਆਰਿਆਂ ਦੇ ਕੋਲ ਜਦੋਂ ਅਮਰ ਦੀ ਦਾਤ ਮਹਾਰਾਜ ਏਦਾਂ ਮੰਗਦੇ ਆ ਤੇ ਉਹ ਮਹਾਰਾਜ ਨੂੰ ਹੱਥ ਜੋੜ ਕੇ ਖਾਲਸਾ ਬੇਨਤੀ ਕਰਦਾ ਪਾਤਸ਼ਾਹ ਤੇਰੀ ਖੇਡ ਬੜੀ ਨਿਆਰੀ ਹੈ ਬੜੀ ਪਿਆਰੀ ਹੈ ਤੂੰ ਆਪ ਮਾਲਕ ਹੋ ਕੇ ਆਪ ਨਿਰੰਕਾਰ ਮੇਰਾ ਸਤਿਗੁਰੂ ਪਰਮੇਸ਼ਰ ਮੇਰਾ ਤੁਸੀਂ ਪਰਮੇਸ਼ਰ ਆਪ ਤੁਹਾਡੀ ਕਮਾਲ ਦੀ
ਖੇੜ ਹੈ ਵਾਹ ਵਾਹ ਗੋਬਿੰਦ ਸਿੰਘ ਅਕੀ ਗੁਰ ਚੇਲਾ ਸੱਚੇ ਪਾਤਸ਼ਾਹ ਕੀ ਕਮਾਲ ਕਰ ਦਿੱਤੀ ਸੱਚੇ ਪਾਤਸ਼ਾਹ ਕਮਾਲ ਕਰ ਦਿੱਤੀ ਕਮਾਲ ਕਰ ਦਿੱਤੀ ਕਿੱਦਾਂ ਤੁਸੀਂ ਸਰ ਤੇ ਫਿਰ ਉੱਥੇ ਜਾ ਕੇ ਵੀ ਭਾਵੇਂ ਸਾਰੀ ਖੇੜ ਸਮਝਾਤੀ ਨਾਲ ਇੱਕ ਬੇਨਤੀ ਉੱਥੇ ਕਰਦੇ ਆ ਇਤਿਹਾਸ ਚ ਲਿਖੀ ਹੋਈ ਬਾਤ ਹੈ ਕਿ ਉਹ ਕਹਿੰਦੇ ਆ ਕਿ ਇੱਕ ਬਚਨ ਕਰੋ ਸਾਡੇ ਨਾਲ ਗੁਰੂ ਸਾਹਿਬ ਕਹਿੰਦੇ ਕੀ ਆਖਦੇ ਹੋ ਕਹਿੰਦੇ ਜਿੱਥੇ ਜਿੱਥੇ ਵੀ ਖਾਲਸਾ ਗੁਰੂ ਕਾ ਤੁਹਾਡਾ ਮਹਾਰਾਜ ਸੱਚੇ ਪਾਤਸ਼ਾਹ ਖਾਲਸਾ ਇਹ ਸਾਜਿਆ ਹੈ ਕੋਈ ਵੀ ਸੇਵਾ ਹੋਵੇ ਜਿੱਦਾਂ ਹੁਣ ਤੁਸੀਂ ਅਗਵਾਈ ਕਰਦੇ ਹੋ ਇੱਕ ਬਚਨ ਦਿਓ ਕਿ ਸਦਾ ਹੀ ਅਗਵਾਈ ਕਰੋਗੇ ਤੁਸੀਂ ਸਦਾ ਹੀ ਅਗਵਾਈ ਕਰੋਗੇ ਦਇਆ ਸਿੰਘ ਜੀ ਪਿਆਰੇ ਦਇਆ ਸਿੰਘ ਜੀ ਪਿਆਰੇ ਧਰਮ ਸਿੰਘ ਜੀ ਪਿਆਰੇ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਪਿਆਰੇ ਜੀ ਪਿਆਰੇ ਭਾਈ ਸਾਹਿਬ ਸਿੰਘ ਜੀ ਇਹ ਬਚਨ ਹੈ ਗੁਰੂ ਗੋਬਿੰਦ ਸਿੰਘ ਦਾ ਜਿੱਥੇ ਜਿੱਥੇ ਵੀ ਖਾਲਸੇ ਦੀ ਕੋਈ ਸੇਵਾ ਜੋ ਵੀ ਹੈ ਉੱਥੇ ਗੁਰੂ ਗੋਬਿੰਦ ਸਿੰਘ ਆਪ ਹੋ ਕੇ ਅੱਗੇ ਕਰੇ ਤੇ ਇਹ ਨਾਮ ਜਪਣ ਵਾਲਿਆਂ ਨੂੰ ਸੇਵਾ ਵਾਲਿਆਂ ਨੂੰ ਪ੍ਰਤੱਖ ਮਹਾਰਾਜ ਏਦਾਂ ਨਜ਼ਰ ਆਉਂਦੇ ਕਿ ਪਾਤਸ਼ਾਹ ਆਪ ਸਾਰੀ ਖੇਡ ਕਰਦੇ ਸਾਰਾ ਕੁਛ ਆਪ ਕਰਦੇ ਆਪ ਕਿਉਂਕਿ ਆਪ ਹੀ ਆਪ ਸਾਰਾ ਕੁਛ ਇਹ ਪ੍ਰੀਤ ਦੇ ਵਿੱਚ ਇਹੀ ਖੇਡਾਂ ਪਈਆਂ ਨੇ ਮਹਾਰਾਜ ਆਪ ਸਾਰੇ ਆਪ ਆਪੇ ਲਾਇਓ ਆਪਣਾ ਪਿਆਰ ਆਪੇ ਪਿਆਰ ਲਾਉਂਦੇ ਆ ਫਿਰ ਆਪੇ ਚੋਜ ਕਰਦੇ ਰਹਿੰਦੇ ਆ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਵਰਤੈ ਵਰਤਦੇ ਸੱਚੇ ਪਾਤਸ਼ਾਹ ਤੇ ਫਿਰ ਗੁਰਸਿੱਖ ਕਹਿੰਦੇ ਆ ਜਾਂ ਕਹਿ ਲਓ ਕਿ ਸ੍ਰਿਸ਼ਟੀ ਗਾਉਂਦੀ ਉਹਨਾਂ ਨੂੰ ਉਹ ਜਦੋਂ ਕੋਈ ਸੇਵਾ ਕਰਦੇ ਫਿਰ ਗੁਰੂ ਤੇ ਸਿੱਖ ਨਾਲ ਕੇ ਜਾਂ ਕਿ ਗੁਰੂ ਕਰ ਰਿਹਾ ਹੁੰਦਾ ਹੈ ਵਾਹ ਵਾਹ ਪਿਤਾ ਪੂਤ ਰਲ ਕੀ ਨੀ ਸਾਬ ਜੋਗ ਅੰਸਰ ਆਰ ਹਮਾਰਾ
ਪੰਜ ਤਰੀਕ ਨੂੰ 1 ਵਜੇ ਤੋਂ ਲੈ ਕੇ 5 ਵਜੇ ਤੱਕ ਅੰਮ੍ਰਿਤ ਸੰਚਾਰ ਸਮਾਗਮ ਗੋਬਿੰਦ ਨਗਰ ਗੁਰਦੁਆਰਾ 11 ਬਲਾਕ ਵਿਖੇ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ। ਰਾਮ ਕਲਮਨ ਦਾ ਤੀਜਾ ਆਨੰਦ ਓਂਕਾਰ ਆਨੰਦ ਪਿਆ ਮੇਰੀ ਮਾਂ ਆਜੇ ਆਜੇ ਦੂਰੇ ਆਜੇ ਆਜੇ
ਆ ਕੇ ਤੂੜੇ।